हाँ जी, की हाल चाल है जी? दोस्तों ठीक ठाक हो जी? अज थानू लेके चलते हैं गुरद्वारा श्री चरण कमल साहब लखमीपुर, जो कि रोपड़ जिले का छोटा जा पिंड है, उत्थे लेके चलते हैं। चलो जी चलिए। लंगर चलता है जी। ये जी मुंडे बर्तना की सेवा लगे हुए कर रहे जी। वाहिगुरु जी का खालसा, श्री वाहिगुरु जी की फतेह। अज आप पहुंचे हैं लखमीपुर के गुरद्वारा श्री चरण कमल साहब, जो कि रोपड़ जिले का छोटा जा पिंड है। आओ अज आप हुण प्रधान साहब नाल गल करवाउंदे आ। वाहिगुरु जी का खालसा, वाहिगुरु जी की फतेह। परम सत्कारयोग गुरद्वारा चरण कमल तो बतौर सेवादार करनैल सिंह लखमीपुर, जो गुरु घर दीआं सेवावां चल रही ने, समुचियां कमेटी के तहत चल रही ने। साडे नगर तो संत बाबा दलवीर सिंह जी, जिन्हां की रहनुमाई थले पूर्ण ब्रह्म ज्ञानी संत बाबा परमजीत सिंह जी खालसा जी की रहनुमाई हेठ, ब्रह्मलीन ब्रह्म ज्ञानी संत बाबा अजीत सिंह जी हंसाली वालियां दी अपार कृपा सदका 25 अक्तूबर 1995 तो शुरुआत दे पले ले श्री अखंड पाठ साहब की लड़ी चल रही है।
ਸਾਡੇ ਨਗਰ ਤੋਂ ਸੰਤ ਬਾਬਾ ਦਲਵੀਰ ਸਿੰਘ ਜੀ ਇਸ ਕਾਰਜਾਂ 'ਚ ਬਹੁਤ ਵੱਡਾ ਵਡਮੁੱਲਾ ਯੋਗਦਾਨ ਪਾ ਰਹੇ ਨੇ। ਬੇਨਤੀ ਕਰ ਰਹੇ ਸਤਿਗੁਰ ਦੀ ਕਿਰਪਾ ਨਾਲ, ਇਹਨਾਂ ਦੀ ਕਿਰਪਾ ਸਦਕਾ ਰਸੋਈ ਹਾਲ ਬਣੇ, ਬਾਥਰੂਮ ਬਣੇ, ਚਾਰ ਦੀਵਾਰੀਆਂ ਬਣੀਆਂ। ਅੱਜ ਨਗਰ ਵਿੱਚ ਪੂਰਨ ਬਰਮ ਗਿਆਨੀ ਸੰਤ ਬਾਬਾ ਪਰਮਜੀਤ ਸਿੰਘ ਜੀ ਖਾਲਸਾ ਜਿੱਥੇ ਮੇਲ ਹੁੰਦਾ ਹੈ, ਪਿਆਰ ਖਿੱਚ ਲਿਆਉਂਦਾ ਹੈ। ਬਾਬਾ ਜੀ ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਘਰ ਚਰਨ ਛੋਹ ਪ੍ਰਾਪਤ ਕੀਤੀ ਹੈ। ਲੰਮੇ ਸਮੇਂ ਤੋਂ ਬਾਅਦ ਅੱਜ ਸਾਡੇ ਗੁਰੂ ਘਰ ਚਰਨ ਛੋਹ ਪ੍ਰਾਪਤ ਕੀਤੀ ਹੈ। ਭਾਗਾਂ ਵਾਲਿਆਂ ਨਗਰ ਇਲਾਕਾ ਹੈ, ਜਿਨ੍ਹਾਂ ਦੀ ਕਿਰਪਾ ਨਾਲ ਗੁੰਮਣ ਸਾਹਿਬ ਦੀ ਸੇਵਾ ਸ਼ੁਰੂ ਹੋਣੀ ਹੈ। ਸਤਿਕਾਰਯੋਗ ਸੰਤ ਬਾਬਾ ਦਲਵੀਰ ਸਿੰਘ ਜੀ ਦੀ ਰਹਿਨਮਾਈ ਹੇਠ ਸਾਰੇ ਕਾਰਜ ਚੱਲ ਰਹੇ ਨੇ। ਇਹਨਾਂ ਦਾ ATM ਗੁਰੂ ਘਰ ਦਾ ਖਾਤਾ ਹੈ ਭਾਈ, ਔਰ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਇੰਨੀ ਮਾਇਆ ਦਿੱਤੀ ਜਾ ਰਹੀ ਹੈ ਕਿ ਗੁਰੂ ਘਰ ਦੇ ਸਾਰੇ ਕਾਰਜ ਵਾਹਿਗੁਰੂ ਸਮੇਂ ਸਿਰ। ਇੱਛਾ ਹੈ ਸੰਗਤਾਂ ਦੀ ਕਿ ਗੁੰਮਣ ਸਾਹਿਬ ਬਹੁਤ ਜਲਦੀ ਤਿਆਰ ਹੋਵੇ। ਗਰੀਬ ਲੋਕਾਂ ਕੋਲ ਥੋੜ੍ਹੀ ਥੋੜ੍ਹੀ ਜਗ੍ਹਾ, ਚੁਬਾਰੇ ਪਾਉਣ ਦੀ ਇੱਛਾ ਹੈ, ਕੋਈ ਦੋ ਖਾਣੇ ਉੱਤੇ ਪਾਉਣ ਦੀ ਕੋਸ਼ਿਸ਼ ਕਰਦਾ। ਸੱਚੇ ਪਾਤਸ਼ਾਹ ਜੀ ਕਿਰਪਾ ਹੋ ਗਈ ਹੈ। ਪੂਰਨ ਬਰਮ ਗਿਆਨੀ ਸੰਤ ਬਾਬਾ ਪਰਮਜੀਤ ਸਿੰਘ ਜੀ ਖਾਲਸਾ, ਸੰਤ ਬਾਬਾ ਦਲਵੀਰ ਸਿੰਘ ਜੀ ਖਾਲਸਾ, ਇਹਨਾਂ ਦੀ ਕਿਰਪਾ ਸਦਕਾ ਅੱਜ ਆਪਣਾ ਆਪ ਚਰਨ ਛੋਹ ਕਰਕੇ ਗਏ ਨੇ, ਇੱਟਾਂ ਨੂੰ ਹੱਥ ਲਾ ਕੇ ਅਰਦਾਸ ਕਰਕੇ ਗਏ ਨੇ। ਅਗਲੇ ਕਾਰਜ ਬਾਬਾ ਜੀ ਕਰਨਗੇ। ਬਾਬਾ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਕਾਰਜ ਨੇ ਕੱਲ੍ਹ ਵੀ ਚੱਲਣੇ ਨੇ, ਉਹਨਾਂ ਦੀ ਸੰਪੂਰਨਤਾ, ਆਰੰਭਤਾ ਬਾਬਾ ਜੀ ਦੇ ਹੱਥੋਂ ਹੀ ਸੀ, ਸੰਪੂਰਨਤਾ ਵੀ ਇਹਨਾਂ ਦੇ ਕਾਰਜਾਂ ਨਾਲ ਹੀ ਸੰਪੂਰਨ ਹੋਵੇ। ਔਰ ਨੀਂਹ ਪੱਥਰ ਜਿਹੜੇ ਕਾਰਜ ਨੇ ਪਰਮਾਤਮਾ ਸੰਤ ਬਾਬਾ ਦਲਵੀਰ ਸਿੰਘ ਦੀ ਰਹਿਨਮਾਈ ਹੇਠ ਸੰਪੂਰਨ ਹੋਣ, ਬੇਨਤੀ ਕਰਦੇ ਇਹਨਾਂ ਨੂੰ ਆਪਣੇ ਵਿਚਾਰ ਸੰਗਤਾਂ ਨੂੰ ਜ਼ਰੂਰ ਸਾਂਝੇ ਕਰਨ ਜੀ। ਅੱਜ ਹੁਣ ਬਾਬਾ ਜੀ ਦਲਵੀਰ ਸਿੰਘ ਨਾਲ, ਜੋ ਕਿ ਲਖਵੀਪੁਰ ਅਜੀਤ ਸਰ ਗੁਰਦੁਆਰਾ ਸਾਹਿਬ ਤੋਂ ਹੈ, ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀਓ, ਅੱਜ ਸੰਤ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਚਰਨ ਕਮਲ ਲਖਮੀਪੁਰ, ਜਿੱਥੇ ਕਿ 1995 ਤੋਂ ਅਖੰਡ ਪੱਠਾ ਸਾਹਿਬਾਂ ਦੀ ਲੜੀ ਚੱਲਦੀ ਹੈ, ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ ਹੈ ਇਹ। ਸਾਡੇ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਗ੍ਰਾਮ ਪੰਚਾਇਤ ਵੱਲੋਂ, ਸਾਬਕਾ ਗ੍ਰਾਮ ਪੰਚਾਇਤ ਵੱਲੋਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਪਿਛਲੇ ਸਾਲ ਤੋਂ ਲਗਾਤਾਰ ਇਹ ਨਿਰੰਤਰ ਜੋ ਸੇਵਾਵਾਂ ਚੱਲ ਰਹੀਆਂ, ਜਿਹਦੇ ਵਿੱਚ ਕਿ ਲੰਗਰ ਹਾਲ ਤਿਆਰ ਹੋਇਆ, ਵਾਸ਼ਰੂਮ ਤਿਆਰ ਹੋਏ ਆ, ਬਾਉਂਡਰੀ ਤਿਆਰ ਹੋਈ ਹੈ। ਇਹਨਾਂ ਬੱਚਿਆਂ ਨੇ, ਇਹਨਾਂ ਵੀਰਾਂ ਨੇ, ਬਜ਼ੁਰਗਾਂ ਨੇ, ਮਾਤਾਵਾਂ ਨੇ ਦਿਨ ਰਾਤ ਸੇਵਾ ਕਰਕੇ, ਮਿਹਨਤ ਕਰਕੇ ਇਸ ਮੁਕਾਮ ਦੇ ਉੱਪਰ ਅੱਜ ਪਹੁੰਚੇ ਆ ਕਿ ਬਹੁਤ ਸੋਹਣਾ ਗੁਰੂ ਘਰ ਜੋ ਤਿਆਰ ਹੋ ਚੁੱਕਿਆ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਜੋ ਸਾਡੇ ਨਗਰ ਦੇ ਵਿੱਚ ਕਈ ਚੀਜ਼ਾਂ ਰਹਿੰਦੀਆਂ, ਉਹ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਮੌਜੂਦਾ ਮਹਾਂਪੁਰਖ ਸ਼੍ਰੀਮਾਨ ਬਾਬਾ ਪਰਮਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ, ਇਹ ਸਾਰਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਇਹ ਕਾਰਜ ਜਿਹੜੇ ਆ ਸੰਪੂਰਨ ਹੋਣੇ ਆ। ਸੋ ਅਰਦਾਸ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿੱਥੇ ਵੀ ਸੰਗਤਾਂ ਸੁਣਦੀਆਂ, ਇਹ ਪਾਵਨ ਪਵਿੱਤਰ ਜੋ ਸਥਾਨ ਹੈ, ਇਤਿਹਾਸਕ ਸਥਾਨ ਹੈ, ਜੋ ਕਿ ਸਾਡਾ ਇਤਿਹਾਸ ਪੱਠਾ ਸਾਹਿਬ ਗੁਰਦੁਆਰਾ ਸਾਹਿਬ 'ਚ ਲਿਖਿਆ ਹੋਇਆ, ਇੱਥੇ ਛੇਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਦੇ ਚਰਨ ਪਏ ਆ ਇਸ ਪਾਵਨ ਪਵਿੱਤਰ ਸਥਾਨ 'ਤੇ। 14 ਸਾਲ ਦੀ ਉਮਰ ਦੇ ਵਿੱਚ ਜਦੋਂ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਤੋਂ ਇੱਥੋਂ ਲੰਘੇ ਤੇ, ਉਹਨਾਂ ਨੇ ਬਚਨ ਕੀਤੇ ਸੀ ਵੀ ਕੋਈ ਸਮਾਂ ਆਊਂਗਾ ਭਾਗਾਂ ਭਰਿਆ, ਇੱਥੇ ਜੋੜ ਮੇਲੇ ਸਜਣਗੇ ਅਤੇ ਗੁਰਬਾਣੀ ਦੇ ਪ੍ਰਭਾਵ ਚੱਲਣਗੇ। 1995 ਦੇ ਵਿੱਚ ਜਦੋਂ ਸੰਤ ਜੀ ਮਹਾਰਾਜ ਪਹਿਲਾਂ 94 ਦੇ ਵਿੱਚ ਆਏ, ਉਹਨਾਂ ਨੇ ਸਾਰੇ ਇਲਾਕੇ ਦੇ ਵਿੱਚ ਆ ਕੇ ਘੁੰਮ ਕੇ ਦੇਖਿਆ ਵੀ ਉਹ ਜਗ੍ਹਾ ਕਿਹੜੀ ਹੈ ਜਿੱਥੇ ਵੀ ਮਤਲਬ ਮਹਾਰਾਜ ਨੇ ਚਰਨ ਪਾਏ। ਫਿਰ ਉਹ ਪਹਿਲਾਂ ਭਿਓਰੇ ਗਏ, ਝੱਲੀਆਂ ਵੀ ਗਏ ਹੈਗੇ ਆ, ਕਈ ਪਿੰਡਾਂ ਦੇ ਵਿੱਚ ਗਏ। ਜਦੋਂ ਨਾ ਪਤਾ ਲੱਗਿਆ ਫਿਰ ਬਾਬਾ ਜੀ ਇੱਥੇ ਆਏ, ਇੱਥੇ ਆ ਕੇ ਜਦੋਂ ਬਾਬਾ ਜੀ ਬੈਠੇ ਥੋੜ੍ਹਾ ਸਮਾਂ, ਅਤੇ ਬਾਬਾ ਜੀ ਨੂੰ ਫਿਰ ਬਚਨ ਹੋਏ ਵੀ ਉਹ ਵੀ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕਿ ਵੀ ਮਹਾਂਪੁਰਖਾਂ ਦੇ ਔਰ ਗੁਰੂ ਸਾਹਿਬ ਦੇ ਚਰਨ ਪਏ ਆ। ਅਤੇ ਬਾਬਾ ਜੀ ਨੇ ਫਿਰ ਇੱਥੇ ਪਹਿਲਾਂ ਸੁਖਮਨੀ ਸਾਹਿਬ ਦੇ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕਰੀ, ਅਤੇ ਉਸ ਤੋਂ ਬਾਅਦ 'ਚ ਫਿਰ ਇਹ ਅਖੰਡ ਪਾਠ ਸਾਹਿਬਾਂ ਦੀ ਲੜੀ 1995 ਤੋਂ 25 ਅਕਤੂਬਰ ਤੋਂ ਅਤੇ ਆਰੰਭੀ ਹੋਈ ਹੈ। ਅਤੇ ਇਹ ਪਾਵਨ ਪਵਿੱਤਰ ਸਥਾਨ 'ਤੇ ਬਹੁਤ ਸੁੱਖਾਂ ਬਾਰਨ ਦੀ ਹੈ। ਸੋ ਦਾਸ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ ਵੀ ਭਾਈ ਆਪਣੀਆਂ ਕਿਰਤ ਕਮਾਈਆਂ ਦਾ ਜੋ ਦਸਵੰਧ ਹੈ ਉਹ ਕੱਢ ਕੇ ਇਸ ਗੁਰੂ ਘਰ ਦੇ ਵਿੱਚ ਭਾਈ ਸੇਵਾ ਕਰੋ। ਤੋ ਅਖੰਡ ਪਾਠ ਸਾਹਿਬ ਦੀ ਜੋ ਲੜੀ ਚੱਲਦੀ ਹੈ ਉਹਦੇ ਵਿੱਚ ਵੀ ਸਾਰੀਆਂ ਸੰਗਤਾਂ ਸਹਿਯੋਗ ਦੇਣ, ਤਾਂ ਕਿ ਜੋ ਮਹਾਂਪੁਰਖਾਂ ਨੇ ਇਹ ਲੜੀ ਚਲਾਈ ਹੈ ਉਹਦੇ ਵਿੱਚ ਸਾਡਾ ਸਾਰਿਆਂ ਦਾ ਸਹਿਯੋਗ, ਸਾਰਿਆਂ ਦਾ ਯੋਗਦਾਨ ਪਵੇ। ਦਾਸ ਤਹਿ ਦਿਲੋਂ ਨਗਰ ਨਿਵਾਸੀਆਂ ਦਾ, ਪਿੰਡ ਦੇ ਸਾਰੇ ਵੀਰਾਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਮਾਤਾਵਾਂ ਦਾ, ਜਿਹੜੀਆਂ ਪਿਛਲੇ ਕਾਫੀ ਦਿਨਾਂ ਤੋਂ ਸੇਵਾ ਕਰ ਰਹੀਆਂ, ਸਾਰਿਆਂ ਦਾ ਧੰਨਵਾਦ ਕਰਦਾ ਅਤੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਇਸੇ ਤਰ੍ਹਾਂ ਸੰਗਤਾਂ ਦੇ ਉੱਪਰ ਆਪਣਾ ਮਿਹਰ ਪ੍ਰਿਆਤ ਰੱਖ ਕੇ ਸੇਵਾਵਾਂ ਲੈਂਦੇ ਰਹਿਣ। ਸੋ ਸਾਰੇ ਪ੍ਰਬੰਧਕ ਕਮੇਟੀ, ਸਾਰੇ ਵੀਰਾਂ ਦਾ ਧੰਨਵਾਦ।
वाहेगुरू जी का खालसा जी। मेरे चैनल नूं लाइक शेयर और सबसक्राइब जरूर करियो जो कि मैं थानू नवी ते नवी अगे ते अगे वीडियो दिखा सका। वाहेगुरू जी का खालसा वाहेगुरू जी की फतेह।